ਪਾਇਆ ਆਪਣੇ 5 ਸੂਤ ਦਾ ਝਰਨਾ। ਕਈ ਮੇਰੇ ਵੀਰ ਪੁੱਛਦੇ ਆ ਹੁਣ ਵੀ ਮੱਕੀ 'ਚ ਬਾਈ ਝਰਨਾ ਕਿਹੜਾ ਪਾਈਏ। ਬਾਈ ਇਹ 5 ਸੂਤ ਦਾ ਝਰਨਾ ਵਧੀਆ ਚੱਲਿਆ, ਅਜੇ ਵੀ ਪੂਰਾ ਛਾਇਆ ਪਿਆ, ਯਾਨੀ ਹੁਣ ਕੰਮ ਚੱਲਿਆ ਤਾਂ ਮਾੜਾ ਜਿਹਾ। ਬਾਕੀ ਪਰਾਜੂ ਤੋਂ ਪੁੱਛ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ 'ਤੇ, ਔਰ ਵੈਲਕਮ ਆ ਤੁਹਾਡਾ ਨਵੇਂ ਬਲੌਗ 'ਚ। ਜਿਵੇਂ ਤੁਸੀਂ ਪਿਛਲਾ ਬਲੌਗ ਦੇਖਿਆ ਤਾਂ ਬਾਈ ਕੰਮ ਚੱਲਿਆ, ਤਾਂ ਕੰਮ ਚੱਲ ਕੇ ਬਾਈ ਰੱਬ ਫਿਰ ਲੱਗ ਗਿਆ ਗੜਬੜ ਕਰਨ। ਪੱਕੀ ਫਸਲ ਖੜੀ ਆ ਮੱਕੀ ਦੀ, ਬਾਕੀ ਮੀਂਹ ਪੈ ਗਿਆ ਰਾਤ 11:30-11 ਵਜੇ ਆਏ ਉੱਥੇ, ਅਤੇ ਆਉਂਦੇ ਆਉਂਦੇ ਮੀਂਹ 'ਚ ਭਿੱਜਦੇ ਹੀ ਆਏ ਹਾਂ। ਬਾਕੀ ਕਈ ਮੇਰੇ ਵੀਰਾਂ ਦੇ ਕਮੈਂਟ ਆਉਂਦੇ ਤੇ ਬਾਈ ਮੱਕੀ ਦਾ ਕਿਆ ਰੇਟ ਆ। ਮੱਕੀ ਦਾ ਰੇਟ ਬਾਈ ਉਰੇ ਗਿੱਲੀ ਦਾ ਉਹੀ 1200-1300 ਰੁਪਈਏ, ਸੁੱਕੀ ਦਾ ਉਹੀ 2000-1800-1600, ਇਹ ਰੇਟ ਚੱਲਦਾ। ਬਾਕੀ ਸੁੱਕੀ ਦਾ ਬਾਈ 2000 ਅਤੇ ਥੱਲੇ ਰਹਿੰਦਾ। ਬਾਕੀ ਹੋਰ ਵੀ ਕਈ ਮੇਰੇ ਵੀਰ ਕਮੈਂਟ ਕਰਦੇ ਤੇ ਬਾਈ ਮਸ਼ੀਨ ਕਿੱਦਾਂ ਦੀ ਚੱਲਦੀ ਆ। ਵਧੀਆ ਬਾਈ, ਬਹੁਤ ਵਧੀਆ ਚੱਲੀ ਮਸ਼ੀਨ ਤਾਂ ਬਾਈ, ਸਾਰੀ ਵਧੀਆ ਹੈ, ਕੋਈ ਮਸ਼ੀਨ ਮਾੜੀ ਨਹੀਂ ਹੁੰਦੀ। ਕਿਉਂ ਆਇਆ ਬੰਦਾ ਸੀਟ ਪਰ ਬੈਠਾ ਜਿਹੜਾ ਉਹੀ ਚਲਾਉਣ ਵਾਲਾ, ਮਸ਼ੀਨ ਦੀ ਸੈਟਿੰਗ ਐਨ ਸਹੀ ਹੋਵੇ, ਮਸ਼ੀਨ ਕੋਈ ਵੀ ਬਾਈ ਬੋਹ ਨਹੀਂ ਹੁੰਦੀ। ਚਲੋ ਹੁਣ ਤੁਹਾਨੂੰ ਥੋੜ੍ਹਾ ਜਿਹਾ ਸੀਪਾਂ ਪਾਈਆਂ ਦੀਆਂ, ਪਹਿਲਾਂ ਸੀਪਾਂ ਟਰਾਈ ਕਰੀ ਦੀਆਂ, ਸੀਪਾਂ ਬਾਈ ਚੱਲੀਆਂ ਨਹੀਂ। ਕੰਪਨੀ ਵਾਲੇ ਕਹਿੰਦੇ ਸੀਪਾਂ ਪਾ ਲਓ, ਸੀਪਾਂ ਪਾ ਕੇ ਚਲਾਓ, ਸੀਪਾਂ ਪਾਈਆਂ ਤੇ ਸੀਪਾਂ ਗਿਆ, ਚੋਕ ਹੁੰਦੀ ਗਈ ਆਪਣੀ, ਸੀਪ ਥੋੜ੍ਹਾ ਜਿਹਾ ਚਲਦੀ ਤੀ ਚੋਕ ਹੋ ਜਾਂਦੀ, ਥੋੜ੍ਹਾ ਜਿਹਾ ਚਲਦੀ ਤੀ ਚੋਕ ਹੋ ਜਾਂਦੀ ਤੀ, ਫਿਰ ਪਾਏ ਝਰਨੇ ਬਣਵਾ ਕੇ। ਕੱਲ੍ਹ ਜਾਣੀ ਮਸ਼ੀਨ ਤਾਂ 2-3 ਘੰਟੇ ਰਹੀ ਖੜੀ ਖੇਤ 'ਚ ਜਾ ਕੇ, ਪਰ ਝਰਨੇ ਬਣਵਾ ਕੇ ਪਾਈ, ਐਨ ਨਜ਼ਾਰਾ ਆ ਗਿਆ ਬਾਈ, ਮਾਲ ਵੀ ਸਾਫ਼ ਔਰ ਦਾਣਾ ਵੀ ਪਿੱਛੇ ਕੋਈ ਨਹੀਂ, ਔਰ ਚੋਕ ਵੀ ਨਹੀਂ ਹੁੰਦਾ, ਮਾੜਾ ਮੋਟਾ ਗੁੱਲੇ ਗੱਲੇ 'ਚ ਖੜੇ ਨੇ ਉਹ ਵੀ, ਪਿੱਛੇ ਵਾਲੀ ਸੀਪ ਸਾਡੀ ਥੋੜ੍ਹੀ ਜਿਹੀ ਸਿਰੇ ਪਾਤੀ ਦੀ ਸੀ, ਤਾਂ ਕਰਕੇ ਰੋਕ ਜੀ ਲੱਗ ਗਈ ਤੀ। ਚਲੋ ਹੁਣ ਤੁਹਾਨੂੰ ਝਰਨੇ ਦਿਖਾਉਂਦਾ, ਨਾਲੇ ਦਿਖਾਉਂਦਾ ਮਸ਼ੀਨ। ਮੀਂਹ ਨੇ ਕੰਮ ਰੋਕਤਾ, ਬਹੁਤ ਵਧੀਆ ਕੰਮ ਚੱਲਿਆ, ਤਾਂ ਐਂ ਤਾਂ ਵੀ 10 ਕੁ ਦਿਨ ਹੁਣ ਵਧੀਆ ਲੱਗ ਜਾਣਗੇ। ਚਲੋ ਤੁਹਾਨੂੰ ਦਿਖਾਉਂਦਾ ਹੁਣ ਮਸ਼ੀਨ, ਆਹ ਖੜੀ ਹੈ ਜੀ ਆਪਣੀ ਮਸ਼ੀਨ। ਕਟਰ ਬਾਈ ਤੁਸੀਂ ਦੇਖਿਆ ਹੀ ਆ, ਬਹੁਤ ਵਧੀਆ ਚੱਲਿਆ, ਜਾਣੀ ਕਟਰ 'ਚ ਕੋਈ ਗੜਬੜ ਨਹੀਂ ਹੈਗੀ, ਐਂ ਨਾ 1 ਨੰਬਰ ਚੱਲਦਾ, ਕੋਈ ਮੰਨ ਲਓ ਕੋਈ ਛੱਲੀ ਨਹੀਂ ਛਿੜਦਾ, ਕੋਈ ਕੁਛ ਨਹੀਂ ਛਿੜਦਾ। ਬਾਕੀ ਆਪਾਂ ਨੇ ਝਰਨੇ ਪਾ ਲਏ ਤੇ ਆਹ ਦੇਖੋ 19 ਨੰਬਰ ਝਰਨੇ ਨਾ, 19 ਨੰਬਰ ਨਹੀਂ ਬਾਈ, ਇਹ ਪਾਇਆ ਆਪਾਂ ਨੇ 5 ਸੂਤ ਦਾ ਝਰਨਾ। ਕਈ ਮੇਰੇ ਵੀਰ ਪੁੱਛਦੇ ਆ ਹੁਣ ਵੀ ਮੱਕੀ 'ਚ ਬਾਈ ਝਰਨਾ ਕਿਹੜਾ ਪਾਈਏ। ਬਾਈ ਇਹ 5 ਸੂਤ ਦਾ ਝਰਨਾ ਵਧੀਆ ਚੱਲਿਆ, ਕੋਈ ਇਹਦੇ ਗੱਲ ਉਹ ਨਹੀਂ ਹੋਇਆ, ਐਨ ਟੌਪ ਦਾ ਚੱਲਿਆ। ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਪੜਦੇ ਜੇ ਰਾਤ ਨਾ, ਬਾਅਦ 'ਚ ਉੱਥੇ ਜਿਹੜੇ ਲੇਬਰ ਵਾਲਿਆਂ ਨੇ ਥੈਲੇ ਭਰੇ ਹੋਏ ਤੇ, ਜਿਵੇਂ ਤਾਰਾਂ ਤੂਰਾਂ ਥੱਲੇ ਰਹਿ ਗਏ ਤੇ ਖੰਭੇ ਥੱਲੇ ਰਹਿ ਗਏ ਤੇ ਉਹ ਥੈਲੇ ਭਰੇ ਹੋਏ ਤੇ, ਉਹ ਥੈਲਿਆਂ ਦਾ ਮਾਲ ਆ ਜਿਹੜਾ ਵੀ ਉੱਥੇ ਪੜਦੇ ਪੁੜਦੇ ਜ਼ਿਆਦਾ ਦਾ ਪੂਰਾ ਮਾਲ ਟਾਂਡੇ ਛਣੇ, ਟਾਂਡੇ ਵੀ ਛੱਡਿਆ ਕੁਛ, ਉਹਨਾਂ ਨੇ ਉਹ ਵੀ ਛੱਡਿਆ, ਤਾਂ ਕਰਕੇ ਅਸੀਂ ਆਪਾਂ ਮਾਲ ਕੱਢ ਗਿਆ ਤਾ। ਬਾਕੀ 19 ਨੰਬਰ 1-1.5 ਸੂਤ ਦਾ ਝਰਨਾ ਪਾਇਆ, ਬੜਾ ਵਧੀਆ ਦੇਖੋ, ਇੰਨੀ ਕੁ ਗੱਟੀ ਵੀ ਨਹੀਂ ਵਿੱਚ ਜਾਂਦੀ, ਜਾਣੀ ਮਾਲ ਵੀ ਸਾਫ਼ ਆ, ਸਾਰਾ ਠੀਕ ਆ, ਓਕੇ ਆ, ਜਾਣੀ ਝਰਨੇ ਅਗਲੇ ਚੱਲੀ ਆ ਬਾਈ ਮਸ਼ੀਨ। ਸੀਪਾਂ ਗੱਲ ਤਾਂ ਚੋਕੇ ਹੋਈ ਜਾਂਦੇ, ਸੀਪਾਂ ਸਾਰੀਆਂ ਦਾਣਿਆਂ ਅਗਲੇ ਭਰ ਜਾਂਦੀਆਂ ਹੁੰਦੀਆਂ। ਇਹ ਤਾਂ ਮੰਨ ਲਓ ਤੁਸੀਂ ਦੇਖ ਲਓ ਕੋਈ ਦਾਣਾ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ, ਤਾਂ ਗੁੱਲੇ ਗੱਲੇ ਹੀ ਆ, ਸੀਪਾਂ 'ਚ ਸਾਰੇ ਦਾਣੇ ਹੀ ਦਾਣੇ ਰਹਿ ਜਾਂਦੇ ਤੇ। ਬਾਕੀ ਕਣਕਾਂ ਕਣੂਕਾਂ ਆਪਣੀਆਂ ਐਨ ਵਧੀਆ ਠੀਕ ਰਹੀਆਂ, ਕੋਈ ਗਰਮ ਠੰਡੀ ਨਹੀਂ ਹੋਈ, ਬਹੁਤ ਵਧੀਆ ਚੱਲੀ ਹੈ ਝਰਨੇ ਗੱਲ, ਕੋਈ ਦੁੱਖ। ਬਾਕੀ ਬੈੱਡ ਦੇ ਲਓ ਜਮੀ ਖਾਲੀ ਪਿਆ, ਮਾੜੇ ਮੋਟੇ ਤੁਹਾਨੂੰ ਪਤਾ ਵੀ ਗੁੱਲੇ ਜਿਹੜੇ ਗਿੱਲੇ ਗਿੱਲੇ ਆ ਨਾ ਮਾਲ ਹੈ, ਜੇ ਮੱਕੀ ਵੀ ਗਿੱਲੀ ਹੈ ਜਿਹੜੀ ਵੱਢਦੇ ਹਾਂ। ਬਾਕੀ ਹੋਰ ਵੀ ਪੱਖੇ ਪੁੱਖੇ ਦੀ ਹਵਾ ਸੈਟਿੰਗ ਸੂਟਿੰਗ ਕਰੀ, ਜਾਣੀ ਕੋਈ ਉਹ ਨਹੀਂ ਹੋਇਆ, ਆਪਾਂ ਨੂੰ ਮਸ਼ੀਨ ਹੈ ਆਪਣੀ ਟੌਪ ਦੀ ਚੱਲੀ ਆ। ਬਾਕੀ ਬੀਟਰ ਵਾਲੀਆਂ ਫੱਟੀਆਂ ਦੇਖ ਲਓ, ਦਾਣਾ ਦੇਖ ਲਓ, ਕਟਰ 'ਚ ਵੀ ਕੋਈ ਦਾਣਾ ਨਹੀਂ ਫੁੱਟਿਆ ਹੋਇਆ, ਹੁਣ ਤਾਂ ਗਿੱਲੇ ਹੋ ਗਏ, ਤਾਂ ਕਰਕੇ। ਬਾਕੀ ਫੀਟਰ ਫੱਟੀਆਂ ਦਾ ਬਹੁਤ ਫਾਇਦਾ ਬਾਈ, ਚਾਰ ਚੈਨਾਂ ਨੇ ਜਿਹੜੀਆਂ ਇਹ, ਇਹਨਾਂ ਦਾ ਨਜ਼ਾਰਾ ਲਿਆਤਾ, ਜਾਣੀ ਫੱਟੀ ਵਿੰਗੀ ਹੋਣ ਦਾ ਮਤਲਬ ਲੈਣੀ ਨਹੀਂ, ਤੁਹਾਨੂੰ ਪਤਾ ਵੀ ਕੁੱਕੜੀ ਆ ਦੇਖੋ ਕਿੱਡੀ ਕੁੱਕੜੀ ਆ, ਜਾਂ ਚੈਨ ਦੇ ਥੱਲੇ ਵੜਨੀ ਆ ਤਾਂ ਇਹ ਫੱਟੀ ਵਿੰਗੀ ਹੋ ਜਾਂਦੀ ਸੀ ਅੱਗੇ, ਹੁਣ ਬਿਲਕੁਲ ਵੀ ਇੱਕ ਵੀ ਪਰਸੈਂਟ ਦਾ ਫਰਕ ਨਹੀਂ ਪਿਆ, ਦੇਖੋ ਐਨ ਸਿੱਧੀਆਂ ਪਈਆਂ ਫੱਟੀਆਂ। ਬਾਕੀ ਕਬੀਰ ਦਾ ਕਮੈਂਟ ਆਇਆ ਤਾ, ਕਹਿੰਦਾ ਵੀਰੇ ਕਟਰ ਡਿਸਟ੍ਰੀਬਿਊਟਰ ਆਟੋਮੈਟਿਕ ਥੱਲੇ ਸਿੱਟਦਾ ਲੱਗਦਾ ਤੁਹਾਡਾ। ਹਾਂਜੀ ਵੀਰ, ਸਿੱਟਦਾ ਕਟਰ, ਇਹਦਾ ਹੁਣ ਆਪਾਂ ਇੱਕ ਪੈਪ ਘੁਮਾਉਣਾ, ਉਹ ਪੈਪ ਘੁਮਾਵਾਂਗੇ, ਵੀ ਜਿਹੜਾ ਪੈਪ ਆਪਣਾ ਰੀਲ ਵਾਲਾ ਲੀਵਰ ਆ ਉਹ ਆਪਾਂ ਹੁਣ ਕਟਰ ਵਾਲਾ ਕਰ ਦੇਣਾ, ਪੈਪ ਘੁਮਾ ਕੇ ਫਿਰ ਦੇਖਾਂਗੇ। ਕੰਪਨੀ ਵਾਲਿਆਂ ਦੇ ਫੋਰਮੈਨ ਨੇ ਇਹੀ ਗੱਲ ਕਹੀ ਆ, ਕਹਿੰਦਾ ਵੀ ਪੈਪ ਘੁਮਾ ਦੇ ਬਾਈ, ਪੈਪ ਘੁਮਾਏ ਤਾਂ ਸਹੀ ਹੋ ਜੂਗਾ। ਚਲੋ ਕੰਮ ਤਾਂ
ਵਧੀਆ ਚੱਲਿਆ ਬਾਬੇ ਦੀ ਕਿਰਪਾ ਗੱਲ, ਪਰ ਹੁਣ ਮੀਂਹ ਨੇ ਰੋਕਤਾ, ਕਿਆ ਕਰੀਏ ਬਾਈ। ਬੱਦਲ ਹਜੇ ਵੀ ਪੂਰਾ ਛਾਇਆ ਪਿਆ, ਜਾਣੀ ਹੁਣ ਕੰਮ ਚੱਲਿਆ ਤਾਂ ਮਾੜਾ ਜਿਹਾ। ਬਾਕੀ ਰਾਜੂ ਤੋਂ ਪੁੱਛ ਲੈਂਦੇ ਹਾਂ, ਉਹ ਰਾਜੂ ਕਿਵੇਂ ਚੱਲੀ ਫਿਰ, ਕਿਵੇਂ ਲੱਗੀ ਤੈਨੂੰ ਕਰਤਾਰ? ਵਧੀਆ ਜੀ, ਬਹੁਤ ਵਧੀਆ। ਹੈਂ, ਬਹੁਤ ਵਧੀਆ ਜੀ। ਪਹਿਲੀ ਵਾਰ ਚਲਾਈ ਹੈ ਤਾਂ? ਨਹੀਂ, ਦੂਜੀ ਵਾਰ ਜੀ। ਦੂਜੀ ਵਾਰ ਚਲਾਈ ਆ, ਕਿਵੇਂ ਲੱਗੀ? ਹੋਰ ਮਸ਼ੀਨਾਂ ਨਾਲੋਂ ਕਿਵੇਂ ਲੱਗੀ ਤੈਨੂੰ? ਬਹੁਤ ਵਧੀਆ ਜੀ। ਹੈਂ, ਬਹੁਤ ਜ਼ਿਆਦਾ ਵਧੀਆ। ਹੈਂ, ਹਾਂ ਜੀ। ਯਾਨੀ ਮੱਕੀ ਦਾ ਕੋਈ ਸੀਜ਼ਨ ਔਖਾ ਤਾਂ ਨਹੀਂ? ਨਾ ਨਾ ਜੀ, ਭੇਜ ਦਿਆ ਪੈ ਦੀ ਗੱਲ ਆ ਨਾ, ਮੈਨੂੰ ਵੀ ਨਹੀਂ ਪਤਾ ਲੱਗਦਾ ਜੀ। ਹੈਂ, ਪਤਾ ਨਹੀਂ ਲੱਗਦਾ ਮਸ਼ੀਨ ਨੂੰ। ਦਿਲ ਹੈ ਕੁੱਕੜੀ ਛੱਲੀ ਜਾਂਦੇ ਵਿੱਚ, ਕਰਦੀ ਹੈ ਭੋਰਾ ਵੀ ਗੜਾ ਮਗੜਾ? ਨਾ ਨਾ ਜੀ, ਜਮਾਂ ਹੀ ਨਹੀਂ। ਬਾਕੀ ਬਾਈ ਗੱਲ ਤਾਂ ਸਾਰੀ, ਕਹਿੰਦੇ ਡਰਾਈਵਰ ਪਰ ਹੁੰਦੀ ਆ, ਮਸ਼ੀਨਾਂ ਦਾ ਕੋਈ ਮਾੜੀ ਨਹੀਂ ਹੁੰਦੀ। ਹੁਣ ਅਸੀਂ ਜਮੇ ਕਬਾੜ ਚੋਂ ਕੱਢ ਕੇ ਮਸ਼ੀਨਾਂ ਚਲਾਏ ਹੁੰਦੇ ਹਾਂ, ਬਾਕੀ ਰਿਪੇਅਰ ਵਧੀਆ ਹੋਈ ਹੋਵੇ। ਹੁਣ ਕੰਪਨੀ ਦੀ ਫਿਟਿੰਗ ਆ ਸਾਰੀ, ਬਾਕੀ ਤੁਸੀਂ ਦੇਖਿਆ ਜੀ, ਆਪਾਂ ਵੀ ਕਾਲੇ ਵਾਲੀ ਮਸ਼ੀਨ ਰਿਪੇਅਰ ਕਰਦੇ ਹਾਂ ਯਾਰ, ਮੁੜ ਕੇ ਅਸੀਂ ਵੀ ਦੇਖਦੇ ਨਹੀਂ ਫਿਰ ਉਹਨੂੰ। ਹੋਰ ਫਿਰ ਅੱਜ ਕਿਆ ਕਰੀਏ, ਘੁੰਮ ਮਾੜਾ ਦੇਖੀਏ ਫਿਰ ਆਲੇ ਦੁਆਲੇ ਏਰੀਆ ਅੱਜ। ਹੈਂ, ਤੈਨੂੰ ਘੁਮਾ ਕੇ ਲਿਆਵਾਂ ਵੀ ਸਤਲੁਜ ਦਰਿਆ ਪਰ। ਅੱਜ ਪੱਕੀ ਦਾ ਝਾੜ ਇੰਨਾ ਵੀ ਮੈਂ ਕਹਿੰਦਾ ਏਰੀਆ ਇਹ ਫਸਲ ਖੇਤੀਬਾੜੀ ਨੂੰ ਮੂਹਰੇ ਆ ਆਪਣਾ, ਜਿਹੜਾ ਇਹ ਆਪਾਂ ਦਬਾਬੇ 'ਚ ਆ। ਹੁਣ ਪਿਛਲੀ ਵੀਡੀਓ 'ਚ ਮੇਰੇ 'ਤੇ ਮਾਲਵਾ ਕਹਿ ਗਿਆ, ਸੋਰੀ ਵੀਰੇ, ਕਿਉਂ ਸਾਨੂੰ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂ। ਦਬਾਬਾ ਮਾਲਵੇ ਦਾ ਕਦੇ ਆਏ ਨਹੀਂ ਇੱਧਰ ਨੂੰ, ਪਹਿਲੀ ਵਾਰ ਆਏ ਹਾਂ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਦਬਾਬਾ ਏਰੀਆ ਇਹ ਆ ਜਿਹੜਾ ਦਰਿਆ 'ਤੇ ਪਰਾਂ ਵਾਲਾ, ਉਹ ਆਪਣਾ ਮਾਲਵਾ ਏਰੀਆ। ਬਾਕੀ ਉਰੇ ਜਿਵੇਂ ਆਪਣੇ ਤੁਸੀਂ ਦੇਖੇ ਹੀ ਤਾਂ, ਜਿਵੇਂ ਅਵਤਾਰ ਸਿੰਘ ਬਾਈ ਕਨੇਡਾ ਤੋਂ, ਉਹਨਾਂ ਦਾ ਪਿੰਡ ਵੀ ਉਰੇ ਨਾਲੇ ਆ ਕੰਦੋਲਾ। ਉਹਨਾਂ ਦਾ ਵੀ ਅੱਜ ਸਵੇਰੇ ਫੋਨ ਆਇਆ ਤਾਂ ਕਹਿੰਦੇ ਵੀ ਆਪਣਾ ਪਿੰਡ ਲਾਗੇ ਜਿੱਥੇ ਤੂੰ ਗਿਆ ਹੋਇਆ ਬਾਹਮਣੀਆਂ ਦੇ, ਚਲੋ ਉੱਥੇ ਵੀ ਬਾਈ ਗਏ ਆਪਾਂ, ਤੁਹਾਨੂੰ ਜ਼ਰੂਰ ਦਿਖਾ ਕੇ ਲਿਆਵਾਂਗੇ, ਉਹਨਾਂ ਦੇ ਪਿੰਡ ਵੀ ਘੁਮਾ ਕੇ ਲਿਆਵਾਂਗੇ। ਚਲੋ ਅੱਜ ਦੇਖ ਕੇ ਆਉਂਦੇ ਇੱਕ ਬੰਦੇ ਦੇ ਬੱਗੇ ਬਾਈ ਦੇ ਵੱਢਣੀ ਦੀ, ਦੇਖ ਕੇ ਆਉਂਦੇ ਹਾਂ ਵੀ ਕਿਆ ਸਮਾਚਾਰ ਆ। ਲਓ ਜੀ ਬਾਈ, ਘੁੰਮਦੇ ਘੁਮਾਉਂਦੇ ਵਿਹਲੇ ਤਾਂ ਕੰਮ ਕੋਈ ਹੈ ਨਹੀਂ, ਤਾਂ ਹੁਣ ਇਹ ਵੀਰ ਆਪਣਾ ਵੀਡੀਓ ਦੇਖਦਾ। ਮਿਲੋ ਜੀ ਇੱਧਰ ਵੀਰ ਨੂੰ। ਹੋਰ ਵੀਰੇ, ਵਾਹ ਵਧੀਆ ਬਾਈ, ਵਧੀਆ। ਤੁਸੀਂ ਕਿਹੜਾ ਪਿੰਡ ਆ ਵੀਰੇ ਆਪਣਾ? ਇਹ ਆਪਣਾ ਬਾਈ ਫਾਇਰਵਾਲ। ਇਹ ਵੀਰ ਆਪਣੇ ਕੋਲ ਉੱਥੇ ਵੀ ਜਾ ਕੇ ਆਇਆ ਜਿੱਥੇ ਆਪਾਂ ਨਵੀਂ ਮਸ਼ੀਨ ਲੈ ਕੇ ਗਏ ਹਾਂ ਨਾ, ਉੱਥੇ ਵੀ ਜਾ ਕੇ ਆਇਆ ਤਾਂ, ਪਰਸੋਂ ਗਿਆ ਤਾਂ ਉੱਥੇ, ਤੁਹਾਨੂੰ ਪਤਾ ਵੀ ਅਸੀਂ ਵੀਡੀਓ ਬਣਾਈ ਨਹੀਂ ਤੀ, ਅੱਜ ਸਾਡਾ ਵੀ ਟਾਈਮ ਨਹੀਂ ਤਾਂ ਪਾਸ ਹੁੰਦਾ। ਇਹ ਸ਼ਾਹਕੋਟ ਦੇ ਲਾਗੇ ਹੀ ਆ, ਜਿਵੇਂ ਉਹਦੇ ਇਹਦੇ ਪਿੰਡ ਦੇ ਬਾਈ ਦਾ ਸਾਨੂੰ 3-4 ਕਿਲੋਮੀਟਰ ਪੈਣਾ ਜਿੱਥੇ ਮਸ਼ੀਨ ਆ ਬਾਹਮਣੀ ਆ। ਹੋਰ ਸੁਣਾ ਵੀਰੇ, ਕਿਆ ਹਾਲ ਚਾਲ ਆ? ਬਸ ਵਧੀਆ ਜੀ, ਤੁਸੀਂ ਸੁਣਾਓ? ਜੀਰੀ ਜੂਰੀ ਲਾਈ ਜਾਂਦੇ ਆ? ਜੀਰੀ ਤੁਹਾਡੇ ਸਾਹਮਣੇ ਆ, ਵੇਖ ਲਓ ਲੇਬਰ ਦਾ ਬਾਈ ਬੁਰਾ ਘਾਟ ਆ। ਹੈਂ, ਲੇਬਰ ਦੀ ਘਾਟ ਆ ਬਹੁਤ, ਲੇਬਰ ਦੀ ਬਾਈ ਸਾਰੇ ਪਾਸੇ ਹੀ ਘਾਟ ਆ, ਤੁਹਾਡੇ ਨਹੀਂ ਸਾਡੇ ਬਹੁਤ ਕਮੀ ਆ ਲੇਬਰ ਦੀ। ਹੁਣ ਸਾਨੂੰ ਕੱਲ੍ਹ ਅਸੀਂ ਮਸ਼ੀਨ ਲੈ ਕੇ ਜਾਣੀ ਸੀ, ਸਾਨੂੰ ਪਤਾ ਸੀ ਲੇਬਰ ਕਿੱਕਣ ਕੱਢੀ ਆ, 6 ਵਜੇ ਦਾ ਟਾਈਮ ਦਿੱਤਾ ਜਾਣੇ ਦਾ, 8 ਵਜੇ 8:30 ਵਜੇ ਲੇਬਰ ਆਈ ਆ। ਬਹੁਤ ਔਖਾ ਜੀ ਇੱਥੇ। ਹੈਂ, ਬਹੁਤ ਔਖਾ। ਹੋਰ ਸੁਣਾ ਫਿਰ, ਕਿਵੇਂ ਚੱਲਦਾ ਕੰਮ ਕਾਰ? ਇਹ ਬਾਈ ਕੋਲ ਮਸ਼ੀਨ ਵੀ ਆ, ਕੰਪੈਨ ਵੀ ਆ, ਬਲਕਾਰ ਬਲਕਾਰੇ ਆ, ਬਲਕਾਰ ਕੰਪੈਨ ਆ ਇਹਦੇ ਕੋਲ, 54-ਇੰਚੀ ਮਸ਼ੀਨ ਆ ਬਾਈ, ਉਹ ਵੀ ਤੁਹਾਨੂੰ ਦਿਖਾਵਾਂਗੇ। ਜਾਂਦਾ ਹੋਇਆ ਵੀਰ ਨੇ ਮੋਟਰ ਤੇ ਹੀ ਲਿਆ ਕੇ ਖੜਾ ਤੀ, ਹਲੇ ਆਈ ਓ। ਹੁਣ ਕਿੱਥੇ ਸੀਜ਼ਨ ਲੱਗ ਗਈ ਆ? ਗੁਜਰਾਤ, ਗੁਜਰਾਤ 'ਚ ਸੀਜ਼ਨ ਲਾਉਣ ਗਈ ਤੀ ਮੂੰਗੀ ਦਾ। ਕਿਵੇਂ ਰਿਹਾ ਕੰਮ? ਵਧੀਆ ਰਿਹਾ? ਹਾਂ, ਵਧੀਆ ਵਧੀਆ। ਹੈਂ, ਸੱਚ ਦੱਸੀ? ਚਲੋ ਵਧੀਆ ਰਿਹਾ, ਬਾਕੀ ਤਾਂ ਐਂ ਚੱਲਦਾ ਰਹਿੰਦਾ। ਹੈਂ, ਚਲੋ ਠੀਕ ਆ ਬਾਈ। ਬਾਪੂ ਗਿਆ ਤਾ? ਹਾਂਜੀ, ਬਾਪੂ ਬਾਪੂ ਲੈ ਕੇ ਗਿਆ ਤਾ। ਹੁਣ ਪਿੰਡ ਉਰੇ ਪਿੰਡ ਕਿੰਨਾ ਕਿਵੇਂ ਵਧੀਆ ਚੱਲੀ ਜਾਂਦਾ ਤੁਹਾਡਾ ਏਰੀਆ? ਹਾਂਜੀ, ਵਧੀਆ। ਮੱਕੀ ਦਾ ਕਟਰ ਵੀ ਬਾਈ, ਮੱਕੀ ਵੀ ਤਾਂ ਨਹੀਂ ਇਹਨੇ ਲਾਈ, ਕਾਹਤੇ ਨੇ ਲਾਈ ਤੂੰ ਹੀ ਦੱਸ ਦੇ ਬਾਈ। ਹੁਣ ਬਸ ਲੇਬਰ ਤੋਂ, ਲੇਬਰ ਦੀ ਕਮੀ ਕਰਕੇ ਦੇਖੋ ਬਾਈ ਕਿੰਨਾ ਲੇਬਰ ਦਾ ਉਹ ਆ ਨਾ, ਇਹਦੇ ਕੋਲ ਕਟਰ ਦੂਆ, ਇਹਦੇ ਨਾਲ ਚੱਲ ਚਾਦਰ ਲਾ ਕੇ ਚਲਾ ਲੂੰਗਾ। ਲੇਬਰ ਦੀ ਬਾਈ ਸ਼ੋਰਟੇਜ ਬਹੁਤ ਆ, ਸਾਰੇ ਪਾਸੇ ਹੀ ਆ, ਇੱਕ ਪਾਸੇ ਨਹੀਂ ਹੈਗੀ ਇਹ। ਤੁਹਾਡੇ ਬਾਈ ਇੱਧਰ ਮੱਕੀ ਮੁੱਕੀ ਦਾ ਕਿਆ ਰੇਟ ਆਪਣੇ? ਮੱਕੀ ਬਾਈ ਇੱਥੇ ਚੱਲੀ ਜਾਂਦੀ ਆ ਆਪਣੇ, ਜਿੱਦਾਂ ਸਿੱਧਾ ਡਾਇਰੈਕਟ ਕਟਰ ਦਾ 4500 ਰੁਪਈਆ ਬੜਾਈ ਦਾ। ਹਾਂ, ਬੜਾਈ ਦਾ ਬਾਈ, ਕਈ ਮੇਰੇ ਵੀਰ ਕਮੈਂਟ ਕਰਦੇ ਤੇ ਮੈਂ ਕਿਹਾ ਬਾਈ ਜੇ ਮੈਂ ਦੱਸੂੰਗਾ ਤਾਂ ਅਗਲਾ ਕਹੂਗਾ ਤੈਨੂੰ ਬਾਈ ਨਵੇਂ ਏਰੀਏ ਜਾ ਕੇ ਤੂੰ, ਆਪਾਂ ਇਹਨਾਂ ਦੇ ਹੀ ਪੁੱਛਦੇ ਹਾਂ। 4500 ਰੁਪਇਆ ਖੜੀ ਆ, ਦੂਈ ਦਾ ਕਿੰਨਾ? ਜਿਹੜੇ ਟੋਕਰਿਆਂ ਕੇ ਛੱਡਣੀ ਆ ਉਹ ਟੋਕਰਿਆਂ ਵਾਲੀ ਦਾ ਤਾਂ ਚਲੋ ਜੋ ਲੈ ਲਾਂਗਾ ਕਿੱਲੇ ਦੇ ਹਿਸਾਬ ਨਾਲ, ਯਾਨੀ ਹੈਗਾ 6-7 ਹਜ਼ਾਰ। ਹਾਂ, ਉਹਦਾ ਹੈਗਾ ਜਿੱਦਾਂ ਦੂਸਰੇ ਕੱਟਣ ਨਾਲ ਸਿੱਧੀ ਲੇਬਰ ਨਾਲ ਵੱਢਣੀ ਆ, ਉਹ ਹੈਗਾ 7500 ਰੁਪਈਆ। ਨਿਕਲਦੀ ਕਿੰਨੀ ਕੁ ਮੱਕੀ ਆਪਣੇ ਏਰੀਏ 'ਚ ਵੀ? ਕਮੈਂਟ ਆਉਂਦੇ ਆਪਾਂ ਨੂੰ ਵੀਡੀਓ 'ਚ ਕਈ ਵੀ ਬਾਈ ਮੱਕੀ ਦੇ ਝਾੜ ਦੱਸਿਓ ਕਿੰਨਾ ਨਿਕਲਦਾ ਕਿੱਲੇ 'ਚੋਂ ਮੱਕੀ? ਭਾਜੀ ਆਪਣੇ ਇੱਥੇ ਜਿੱਦਾਂ 50-60 ਕੁਇੰਟਲ, ਜਿੱਦਾਂ ਮੱਕੀ ਜੇ ਚੰਗੀ ਆ ਤਾਂ 50-60 ਕੁਇੰਟਲ ਵੀ ਨਿਕਲ ਜਾਂਦੀ ਆ। 50-60 ਕੁਇੰਟਲ ਨਿਕਲਦੀ ਆ ਵੀ ਮੱਕੀ ਦੀ ਫਸਲ ਬਾਈ ਇਹਨਾਂ ਦੀ?
ਵੀ ਕਣਕ ਦਾ ਵੀਰੇ ਕਿਵੇਂ ਕਰਦੇ ਆ ਤੁਸੀਂ? ਮੈਨੂੰ ਸਾਲੀ ਸਮਝ ਨਹੀਂ ਲੱਗੀ ਵੀਰੇ ਵੀ ਆਪਾਂ ਯਾਰ ਕਣਕ ਵੱਢਦੇ ਆ, ਮੱਕੀ ਬੀਜਦੇ ਆ, ਇਹ ਮਕਾਨਕ ਵਾਲੀ ਮੱਕੀ ਤਾਂ ਹੈ ਨਹੀਂ ਵੀ ਆਲੂ ਲਾਉਂਦੇ ਆ ਪਹਿਲਾਂ? ਹਾਂਜੀ ਆਲੂ ਵਾਲਾ, ਤਿੰਨ ਤਿੰਨ ਫਸਲਾਂ ਕਰਦੇ ਆ? ਹਾਂਜੀ ਤਿੰਨ ਫਸਲਾਂ ਜੀ ਬਾਈ, ਦੁਆਬਾ ਏਰੀਆ ਤਿੰਨ ਤਿੰਨ ਫਸਲਾਂ ਵੇ ਬਾਈ ਨੂੰ। ਤੇ ਹੋਰ ਗੱਲ ਸੁਣੀ ਆ ਉਰੇ ਕਹਿੰਦੇ ਜ਼ਮੀਨ ਦਾ ਠੇਕਾ ਵੀ ਬਹੁਤ ਆ, ਕਿੰਨਾ ਠੇਕਾ ਵੀਰੇ ਕਿੱਲੇ ਦਾ? ਕਿੱਲੇ ਦਾ ਭਾਜੀ ਇੱਥੇ ਵੱਖੋ ਵੱਖਰਾ ਰੇਟ ਆ। ਸਿਰੇ ਵਾਲਾ ਰੇਟ ਕਿੰਨਾ? ਸਿਰੇ ਵਾਲਾ ਤਾਂ ਹੁਣ ਜਿੱਦਾਂ ਆਪਣੇ ਜ਼ਿਮੀਂਦਾਰ ਭਰਾ ਜਿੱਦਾਂ ਇੱਕ ਦੂਜੇ ਤੋਂ ਚੜ ਕੇ, ਹਾਂਜੀ ਹਾਂਜੀ, 60-60 ਹਜ਼ਾਰ ਨੂੰ ਚੱਕੀ, 60-60 ਹਜ਼ਾਰ ਨੂੰ ਕਿੱਲਾ ਬਾਈ। ਇੱਕ ਵੀਰ ਸਾਨੂੰ ਹੋਰ ਆਇਆ ਤਾਂ ਮਿਲਣ ਕੱਲ, ਉਹ ਵੀਰੇ 65-65 ਹਜ਼ਾਰ ਨੂੰ ਕਹਿੰਦਾ, ਸਾਡੇ ਏਰੀਏ 65 ਹਜ਼ਾਰ ਨੂੰ ਕਿੱਲਾ ਬਾਈ। ਤੁਹਾਡੇ ਇੱਧਰ ਪੂਰੇ ਹੁੰਦੇ ਆ? ਪੂਰੇ ਹੁੰਦੇ ਆ ਜੀ, ਚਲੋ ਬਾਕੀ ਬਾਈ ਸਾਡੇ ਕਰਕੇ ਪੂਰੇ ਹੋ ਜਾਂਦੇ ਆ। ਹਾਂ ਤੁਸੀਂ ਸਾਡੇ ਏਰੀਏ 'ਚ ਤਾਂ ਆਪਾਂ ਜਿਹੜੇ ਸਾਡੇ ਵਾਲੇ ਪਿੰਡਾਂ ਉੱਥੇ ਆਪਾਂ ਨੂੰ ਜਿਵੇਂ ਜ਼ਿਮੀਂਦਾਰ ਲਾ ਲਓ ਚਾਹੇ ਕੋਈ ਵੀ ਲਾ ਲਓ, ਜਿਹਨੇ ਆਪਾਂ ਨੂੰ ਬੰਦੇ ਮੋੜ 'ਤੇ ਕਿਤੇ ਬੈਠੇ ਦਿਖਣਗੇ, ਇਹ ਦੁਆਬਾ ਏਰੀਆ ਬਾਈ, ਤੁਹਾਨੂੰ ਬੰਦਾ ਮੁਸ਼ਕਿਲ ਗੱਲੇ ਮਿਲਣਾ, ਇਹ ਕੀ ਚੱਕਰ ਆ ਬਾਈ? ਬਸ ਆਪਾਂ ਆਪਣੇ ਕੰਮਾਂ 'ਚ ਲੱਗੇ ਆ ਇੱਥੇ, ਹੈਂ ਬਾਕੀ ਇੱਥੇ ਤਾਂ ਬਹੁਤ ਘੱਟ, ਜਿੱਦਾਂ ਝੋਨਾ ਜੀਰੀ ਲੱਗ ਗਈ ਹੁਣ, ਜੀਰੀ ਤੋਂ ਬਾਅਦ ਬਸ ਵਿਹਲੇ ਹੀ ਆ ਸਾਰੇ, ਤੁਹਾਨੂੰ ਮਿਲਣਗੇ। ਜੀਰੀ ਦੇ ਬਾਅਦ ਵਿਹਲੇ ਆ, ਪਹਿਲਾਂ ਲਾਉਣੀ ਆ ਬਾਈ ਆਲੂਆਂ ਦੀ ਫਸਲ ਕੱਢਣੀ ਆ, ਦੇਖੋ ਆਲੂਆਂ ਦੇ ਬਾਅਦ ਲਾਉਣੀ ਆ ਮੱਕੀ, ਨਾਲ ਲੱਗਦੀ ਉਹ ਜਦੇ ਲਾ ਦਿੰਦੇ ਵੀਰੇ? ਹਾਂਜੀ ਮਗਰੀ ਜਿੱਦਾਂ ਝੋਨਾ ਵੱਢ ਕੇ, ਮਗਰੀ ਝੋਨਾ ਵੱਢ ਕੇ ਨਹੀਂ ਆਪਣੇ ਝੋਨਾ ਵੱਢ ਕੇ ਆਲੂ ਲਾ ਦੇਣੇ, ਆਲੂ ਦੇ ਜਿਹੜੇ ਮੱਕੀ ਮਗਰ ਮੱਕੀ, ਹਾਂਜੀ ਫਿਰ ਕਣਕ ਦਾ ਮਾੜਾ ਮੋਟਾ ਹੀ ਕਰਦੇ ਆ। ਹਾਂਜੀ ਕਣਕ ਦਾ ਇੱਥੇ ਬਹੁਤ ਘੱਟ ਹੁੰਦੀ ਆ, ਕਣਕ ਬਾਈ ਬਹੁਤ ਘੱਟ ਹੁੰਦੀ ਹੈ ਏਰੀਏ 'ਚ। ਬਾਕੀ ਅਸੀਂ ਜਲੰਧਰ 'ਤੇ ਆਏ ਹਾਂ ਨਾ ਜਾਂ ਇੱਧਰ ਨੂੰ ਤੋਂ ਮਸ਼ੀਨ ਲੈ ਕੇ, ਸਾਨੂੰ ਐਂ ਏਰੀਆ ਦੇਖ ਕੇ ਲੱਗਿਆ ਵੀ ਮੱਕੀ ਦਾ ਉਹ ਹੈ ਹੀ ਨਹੀਂ, ਕਟਰ ਕਾਹਦੇ ਵਾਸਤੇ ਲਿਆਏ ਸੀ ਬਣਵਾ ਕੇ, ਅਸੀਂ ਸੀਜ਼ਨ ਲਾਉਣ ਕਿੱਥੇ ਆ ਯਾਰ, ਆਹ ਏਰੀਏ ਤੁਹਾਡੇ ਵਾਲੇ 'ਚ ਆਏ ਵੀ ਮੱਕੀ ਉਹ ਮੱਕੀ ਖੜੀ ਦੀ ਬਾਈ, ਆ ਸ਼ਾਹਕੋਟ ਵਾਲੇ ਏਰੀਏ 'ਚ ਆਏ ਨਾ ਯਾਰ ਅਸੀਂ, ਨਕੋਦਰ ਟੱਪੇ ਮੱਕੀ ਉਹ ਮੱਕੀ ਦਿਖੀ ਆ ਸਾਨੂੰ, ਪਿੱਛੇ ਕਿਤੇ ਮੱਕੀ ਨਹੀਂ ਦਿਖੀ, ਮਾੜਾ ਮੋਟਾ ਖੇਤ 'ਚ ਦਿਖਦਾ ਤਾ ਕਿਤੇ, ਮੈਂ ਕਿਹਾ ਯਾਰ ਤਾਂ ਕਟਰ ਇੱਕ ਇੰਨੇ ਕੁ ਟਾਵੇਂ ਟਾਵੇਂ ਖੇਤਾਂ ਨੂੰ ਕਿਆ ਕਰੂਗਾ। ਮੱਕੀ ਭਾਈ ਇੱਧਰ ਹੁੰਦੀ ਆਪਣੇ ਇੱਥੇ ਸ਼ਾਹਕੋਟ ਹੋਈ, ਅੱਛਾ ਜੀ, ਇੱਧਰ ਮਲਸੀਆਂ ਸਾਈਡ ਜਾਂ ਸੁਲਤਾਨਪੁਰ ਸਾਈਡ, ਇਹਨਾਂ ਨੇ ਇਸ ਏਰੀਏ 'ਚ ਮੱਕੀ ਹੁੰਦੀ ਜ਼ਿਆਦਾ। ਠੀਕ ਹੈ ਜੀ, ਹਾਂਜੀ ਤੁਹਾਨੂੰ ਕਾਲੇ ਸੰਘਿਆ ਨੂੰ ਚੱਲ ਜਾਓ, ਉੱਧਰ ਨੂੰ ਵੀ ਮੱਕੀ ਜ਼ਿਆਦਾ ਹੁੰਦੀ ਆ। ਫਿਰ ਮੱਕੀ ਦਾ ਰੇਟ ਰੂਟ ਕਿਵੇਂ ਲੱਗਦਾ ਹੁਣ? ਮੱਕੀ ਭਾਈ ਇੱਦਾਂ ਹੁਣ ਤਾਂ ਜਿੱਦਾਂ ਕੱਲ੍ਹ ਦਾ ਰੇਟ ਸੀਗਾ 1270 ਰੁਪਏ ਗਿੱਲੀ ਦਾ, ਗਿੱਲੀ ਦਾ, ਹਾਂਜੀ ਗਿੱਲੀ ਦਾ ਬਾਈ 1270 ਰੁਪਏ ਰੇਟ ਤਾ, ਸੁੱਕੀ ਦਾ? ਸੁੱਕੀ ਦਾ ਤਾਂ ਭਾਈ ਵੱਧ ਹੋਊਗਾ, ਚਲੋ ਆਪਾਂ ਸੁੱਕੀ ਵੇਚੀ ਨਹੀਂ। ਅੱਛਾ ਗਿੱਲੀ ਉਹ ਵੇਚਿਆ ਹੁੰਦੇ ਆ, ਆਹ ਖੇਚਲਾ ਬਹੁਤ ਆ ਨਾ, ਕਿਉਂ ਐਂ ਬਾਈ ਮੌਸਮ ਵੀ ਖਰਾਬ ਅੱਜ ਦੇਖੋ, ਸਾਨੂੰ ਮੀਂਹ ਨੇ ਵਿਹਲੇ ਕਰਿਆ ਹੋਇਆ, ਬਾਈ ਦੀ ਮੋਟਰ 'ਤੇ ਬੈਠੇ ਹਾਂ, 2 ਘੰਟੇ ਹੋ ਗਏ, ਮੈਂ ਕਿਹਾ ਉੱਥੇ ਤਾਂ ਟਾਈਮ ਨਹੀਂ ਪਾਸ ਹੁੰਦਾ, ਚਲੋ ਵੀਰ ਉਹਨਾਂ ਕੋਲ ਚੱਲਦੇ ਹਾਂ। ਹੋਰ ਸੁਣਾ ਵੀਰੇ? ਹੱਥਾਂ ਤੇ ਚੱਕਦੇ ਬਾਈ ਐਂ, ਜਿਵੇਂ ਸਾਡੇ ਏਰੀਏ ਚ ਵਧੀਆ ਏਰੀਆ ਆਪਣਾ ਵਧੀਆ, ਜਾਣੀ ਸਾਡੇ ਏਰੀਏ ਚ ਆਇਆ ਜਾਣੀ ਲੋਕ ਤੁਹਾਨੂੰ ਕਿਤੇ ਵੀ ਆਪਾਂ ਖੜਾਂਗੇ ਬੈਠਾਂਗੇ ਤੁਹਾਨੂੰ ਉੱਥੇ ਮਿਲਣਗੇ, ਬੰਦੇ ਜਾਂ ਮੁੰਡੇ ਬਜ਼ੁਰਗ ਕਿਤੇ ਵੀ ਮਿਲਣਗੇ ਮਿਲਣਗੇ, ਜਾਣੀ ਤੁਹਾਡੇ ਮੁਸ਼ਕਿਲ ਗੈਲੇ ਕੋਈ ਦੇਖਣ ਨੂੰ ਮਿਲਦਾ ਇੱਥੇ, ਵੀ ਪਤਾ ਨਹੀਂ ਕੰਮੇ ਇੰਨਾ ਪਤਾ ਨਹੀਂ ਬੰਦੇ। ਬਾਕੀ ਹੋਰ ਵੀ ਇੱਕ ਚੱਕਰ ਆ, ਅਸੀਂ ਜਿਹਦੇ ਜਿਹਦੇ ਵੀ ਜਿੱਥੇ ਵੀ ਪੁੱਛਦੇ ਹਾਂ ਹਰੇਕ ਘਰ 'ਚੋਂ ਇੱਕ ਬੰਦਾ ਬਾਹਰ ਆ, ਬਾਹਰ ਆ, ਹਾਂਜੀ ਹਾਂਜੀ, ਕੋਈ ਅਮਰੀਕਾ ਕੋਈ ਕਨੇਡਾ ਕੋਈ ਇੰਗਲੈਂਡ, ਹਰੇਕ ਘਰ 'ਚੋਂ ਇੱਕ ਇੱਕ ਬੰਦਾ ਬਾਈ ਇਹਨਾਂ ਦਾ ਬਾਹਰ ਆ, ਵੀ ਜੇ ਪਿੱਛੇ ਉਨੇ ਕੁ ਬੰਦੇ ਆ ਜਿੰਨਾ ਕੁ ਕੰਮ ਆ ਉਹ ਕੰਮ 'ਚ ਬਿਜ਼ੀ ਰਹਿੰਦੇ ਵਿਚਾਰੇ, ਤਾਂ ਕਰਕੇ ਉਹ ਬੰਦਾ ਨਹੀਂ ਮਿਲਦਾ। ਚਲੋ ਹੁਣ ਬਾਈ ਦੀ ਮੋਟਰ ਤਾਂ ਦਿਖਾਉਂਦੇ ਹਾਂ ਤੁਹਾਨੂੰ, ਮਸ਼ੀਨ ਵੀ ਦਿਖਾਵਾਂਗੇ, ਜਾਣ ਲੱਗੇ ਤੁਹਾਨੂੰ ਮਸ਼ੀਨ ਵੀ ਦਿਖਾ ਦਿੰਦੇ ਹਾਂ। ਉਹ ਦੇਖੋ ਬਾਈ ਮਸ਼ੀਨ ਜਦੇ ਬਾਈ ਨੇ ਫੋਰਮੈਨ ਭੇਜਿਆ ਆਪਣਾ ਲਿਆ ਕੇ ਮਸ਼ੀਨ ਉਰੇ ਲਿਆ, ਬਾਕੀ ਆਪਣੇ ਖੇਤਾਂ ਦੀ ਜ਼ਮੀਨ ਆ ਬਾਈ ਦੀ ਇੱਕੋ ਟੱਕ ਆ ਸਾਰਾ, ਪਨੀਰੀ ਬੀਜੀ ਹੋਈ ਆ, ਬਸ ਲੇਬਰ ਦੀ ਉਹ ਘਾਟ ਆ। ਪੰਜਾਬੀ ਵੈਸੇ ਲਾਏ ਤਾਂ ਹੋਏ ਆ, ਤੁਹਾਨੂੰ ਪਤਾ ਹੀ ਹੈ ਵੀ ਪੰਜਾਬੀਆਂ ਦੇ ਵਿਚਾਰਿਆਂ ਦੇ ਕਿੰਨੇ ਕਿੱਲੇ ਲਾਇਆ 2 ਦਿਨ 'ਚ? ਭਾਜੀ ਹੋ ਗਏ ਆ ਇਹਨਾਂ ਨੂੰ 4 ਦਿਨ ਹੋ ਗਏ ਇਹਨਾਂ ਨੂੰ, ਤਾਂ ਹਜੇ ਤੱਕ ਇਹਨਾਂ ਕੋਲ 1.25 ਕਿੱਲਾ ਵੀ ਨਹੀਂ ਲੱਗਾ। 4 ਦਿਨਾਂ 'ਚ 1.25 ਕਿੱਲਾ ਹੀ ਲੱਗਿਆ, ਲੱਗਾ ਨਹੀਂ, ਪੂਰਾ ਨਹੀਂ ਲੱਗਾ, ਲੱਗਿਆ ਨਹੀਂ ਬਾਈ, 1.25 ਕਿੱਲਾ ਵੀ ਨਹੀਂ ਲੱਗਿਆ ਹਜੇ। ਦੇਖ ਲਓ ਤੁਸੀਂ ਵੀ ਆਹ ਕੱਦੂ ਕਰਿਆ ਹੋਇਆ ਨੇ, ਖੇਤ ਖਾਲੀ ਪਏ ਆ ਜੀਰੀ ਕਣੀ 'ਤੇ, ਉਹ ਬੈਠੇ ਆ ਬੰਦੇ ਉਹਦਾ ਦਮ ਲੈ ਰਹੇ ਆ ਬਾਈ, ਆਹ ਬੈਠੇ ਆ ਦੇਖੋ 4 ਦਿਨਾਂ 'ਚ 1.25 ਕਿੱਲਾ, ਇਹ ਤਾਂ ਰਿਕਾਰਡ ਵਾਲੀ ਗੱਲ ਆ ਫਿਰ, ਹੈ ਨਾ, ਇਹ ਤਾਂ ਰਿਕਾਰਡ ਹੀ ਆ ਫਿਰ ਹੁਣ, ਹੈਂ ਬਾਕੀ ਬਾਈ ਉਹਨੂੰ ਕਹਿੰਦੇ ਤੁਹਾਨੂੰ ਅੰਬ ਚਪਾਉਂਦੇ ਆ, ਬੰਦਾ ਉਹ ਚੜ ਗਿਆ ਫੋਰਮੈਨ ਦੇਖੋ ਉੱਧਰ ਉੱਪਰ, ਕਹਿੰਦਾ ਅੰਬ ਖਾ ਕੇ ਜਾਇਓ ਬਾਈ ਤੁਸੀਂ, ਮਿੱਠੇ ਵੀ ਆ ਕਿ ਉਈ ਖੱਟੇ ਹੀ, ਦੰਦੇ ਖੱਟੇ ਕਰੂੰਗੇ, ਹੈ ਹੋਰ ਰਾਜੂ ਕਿਤੇ ਘਰ ਰੋਟੀ ਵੀ ਨਾ ਖਾ ਹੋਵੇ ਜਾ ਕੇ, ਮਿੱਠੇ ਆ
चलो देखते हैं, मैं दसते हैं थोनों खा के बी कि अंब नाले दिखाने थोनों पिंडे अंब। ये तो हम बहुत घट पकाने लोग हूँ तो बूटा ही नहीं कित देखता है। कोई हों भी यह जगह हम बूटे ही नहीं है साढ़े नहीं तो बूटा ही नहीं अंब का बहुत घट आ। लो जी भाई देखो फोरमैन किन्ने अंब ले आया, कहना थोनू चुपाने सारे ये फोरमैन इन्ने तो भाई साथ खा नहीं होने खाने पैने ला बिस्कुट भी है अंबा गल बिस्कुट। धन्यवाद तेरा बहुत बहुत भाई। ठंडा भी पिया? ठंडा तो पी लिया, झूठ ना बोल खाली है पाला भी गिलास च लिया, कुकड़ी खाधी हुई है छलियां भी खालियां भाई भुन के। बहुत वधिया लग्या इधर नूं आके, नहीं वेलिआं दा राजू टाइम नहीं था पास होना आपणा है लै आ पाता ठंडा भी पाता देख ला भाई खेतां च मोटर भरे आ सारा कुछ। चलो हुण तुहानूं बाई दी मशीन दिखाउने आ, ओह खड़ी आ रोड पर बेचारी, मींह च लै आए इहनूं भी कढ के घर ते। आ खड़ी आ बलकार, बहुत वधिया एरिया, बहुत जी लगता भाई वीर को। असीं मान लो सवेर दे बैठे हाँ भी वेलिआं दा भाई, उत्थे भी नहीं टाइम पास होना। बाकी मशीन है इहदे फोरमैनर राजू घर से लेन चल गए, इन्होंने थले कि पही चो टायर उतर गया, देखो किवें घसमान पाया। बहुत औखी चढ़ाई आ वीर, कहना तेरू दिखाउणी दिखाउणी मशीन जरूर। मैं चलो भाई देख लैंदे आ, कोई गल नहीं वीर। बाकी 54 इंची मशीन आ भाई, ये वीर ने दसिया सानू, कहना भी थोड़ा जिहा पिछला हिस्सा भी जिहड़ा इहदा दुइयां नालों टायर बाहर आ, मूहरे वाला भी बाहर आ। बलकार 654 मशीन बड़ी कम दी है भाई, मैनू तो वधिया लगी आ। सीपां दिखाउणा थानू लाइट बाल के भी, इहनां दी मूंगी ते चल के आई है एमपी जाउण, 6 स्टाफ बकर आ। आ देखो 1 2 3 4 5 6 स्टाफ बकरी मशीन आ, बहुत हैवी मशीन आ। देखो किन्ना हिस्सा मोरनियां मोरनियां, किन्ना मजबूत आ कम। बाकी एन पूरी ये मोरले टायर आ जो भी थोड़े जे बाहर आ। बाकी जो गेयर आ भाई, ये घोड़े वाला गेयर लग्या होया है। घोड़े वाला किवें, मतलब जिवें आपां गड्डियां दे गेयर पाउने आ उकणा गेयर पैने आ। फीटर भी बड़ा है थ्रैशर 54 इंची आ। बाकी तुहानू उपर ते गेयर बक्सा भी दिखाउणा जाके वी गेयर लीवर किवें आ, बक्सा दा तुहानू दिखा दित्ता। आ देखो घोड़े वाला गेयर लग्या है इहनूं गड्डी नूं। बाकी मशीन तो भाई सेम ही होंगी है, पर जानी थोड़ा जहा हैवी च बनी हुई मशीन आ। बाकी मैं वीर तो पुछते हैं मॉडल मूडल सारा किमें चलती आ, कि एरिया कर दिता है। बाकी तुम उपर से मैं गेयर लीवर दिखाना ये। लो जी भाई आप कैबन च आ गए, जिहड़ा इहदा आ लीवर इहदा हैगा बैकर अगे वाले गेयर का मान लो। बाकी दे गेयर जिवें गड्डियां दे गेयर होंदे आ, देखो जिन्नी ये पिछे नूं मूहरे नूं भजदी आ उन्नी ओह पिछे नूं भजदी आ। इंजन दे ते पर ओही आ ले लैण दा जी। इहनूं साफ करा दिंदा थोड़ा मूंगी सी मशीन भाई, बड़ी जबरदस्त आ। चलो हुण आपां वीर नूं पुछदे आं, वीर किहड़ा मॉडल आ इह? भाई हैगी आ 20 मॉडल। 20 मॉडल आ? जिथे नू दो ही मशीन लग जाती है उथे नू तो नहीं लगती होनी है, घट जगह च घट जगह थोड़ा हिस्सा चौड़ा है, हिस्से फर्क आ दोहां च फर्क आ। हाँ जी दोहां च ठीक है ठीक है। किन्ने लिया दी अपन ये? अपन पै गई थी भाई 19.5 लाख दी। 19.5 लाख दी 20 सन च? हाँ जी 20 सन च लिया दी भाई, 19.5 लाख दी पई थी। बाकी कोई दिक्कत दक्कत सीजन च कदे? ਕੋਈ ਦਿੱਕਤ ਨਹੀਂ ਭਾਈ, ਕੋਈ ਦਿੱਕਤ ਨਹੀਂ ਹੈਗੀ, ਬਹੁਤ ਵਧੀਆ ਚੱਲੀ ਭਾਈ, ਕਦੀ ਚਾਬੀ ਤੱਕ ਨਹੀਂ ਲਾਈ ਅਸੀਂ ਇਹਨੂੰ। ਕਿੰਨਾ ਏਰੀਆ ਕਰ ਜੰਨੇ ਆ ਕਣਕ ਝੋਨੇ ਦਾ? ਤੇ ਕਣਕ ਦਾ ਤਾਂ ਅਸੀਂ ਕਰਜੀ ਦਾ ਵਾ ਕੋਈ ਉਧਰ ਬਾਹਰ ਹੀ ਵੱਢਦੇ ਆ, ਜਦਾਂ 1000 ਵਿੱਘਾ ਹੋ ਗਿਆ। ਅੱਛਾ ਉਧਰ ਤਾਂ ਆਪਣੇ ਜਦਾਂ ਵਿੱਘੇ ਚੱਲਦੇ ਆ। ਹਾਂ ਐਮਪੀ ਜਦਾਂ ਵਿੱਘੇ ਹੀ ਚੱਲਦੇ, ਉਰੇ ਆਪਣੇ ਪੰਜਾਬ 'ਚ? ਆਪਣੇ ਪੰਜਾਬ 'ਚ ਤਾਂ ਇੱਥੇ ਹੋ ਜਾਂਦਾ ਝੋਨੇ ਦਾ ਜਦਾਂ 300 350 ਠੀਕ ਆ, ਇੰਨਾ ਕੁ ਹੋ ਜਾਂਦਾ। ਕਣਕ ਦਾ ਕਿੰਨਾ ਕਰਿਆ ਇਸ ਵਾਰ? ਕਣਕ ਦਾ ਤਾਂ ਬਾਹਰ ਹੋ ਗਿਆ ਸੀਗਾ ਕੋਈ ਆਪਣੇ
800 ਵਿਗਾ ਉੱਥੇ ਵੱਢ ਕੇ ਆਏ ਆਪਾਂ ਗੁਜਰਾਤ। ਅੱਛਾ, ਗੁਜਰਾਤ ਪੱਕੀ ਜਾਂਦੀ ਆ? ਪੱਕੀ, ਠੀਕ ਹੈ। ਤੇ 700 ਵਿਗਾ ਇੱਥੇ ਰਾਜਸਥਾਨ ਵੱਢਤਾ। 700, ਠੀਕ ਆ, ਬਹੁਤ ਵਧੀਆ ਕੰਮ ਕਰਦੀ ਆ ਵੀਰ। ਕਹਿੰਦਾ ਕਦੇ ਚਾਬੀ ਨਹੀਂ ਲਵਾਈ ਹੈਗੀ। ਚਲੋ, ਚਾਬੀ ਬਾਈ ਲੱਗਣੀ ਵੀ ਨਹੀਂ ਚਾਹੀਦੀ ਰੇ। ਕੋਈ ਵੀ ਬੰਦਾ ਸੀਜ਼ਨ 'ਚ ਇੰਨੇ ਹੀ ਮਾਣ ਰੱਖ ਕੇ ਜਾਂਦਾ ਵੀ ਸਾਡਾ ਕੰਮ ਵਧੀਆ ਹੋ ਜਾਵੇ, ਹੈ ਨਾ? ਤੈਨੂੰ ਕਰਤਾਰ ਮੈਨੂੰ ਫੋਨ ਤਾਂ ਕਰਦਾ ਇੱਕ ਵਾਰ। ਚਲੋ ਕੋਈ ਨਾ, ਗਾਂ ਵੇਖ ਲਾਂਗੇ ਫਿਰ। ਹਾਂ, ਓਹੀ ਲੈ ਲਵਾਂ ਕਰਤਾਰ ਵਾਲਾ। ਇੱਕ ਓਪੋ ਬਾਲ ਆਏ ਹੋਏ ਬਾਈ, ਇਹ ਇਕੱਠੇ ਹੀ ਤੂੜੀ ਮਹਿੰਗੀ ਕਰਕੇ ਲਾਏ ਹੋਏ ਆ ਬਾਈ। ਦੇਖੋ, 7-8 ਕੁੱਪ ਇਕੱਠੇ ਹੀ ਲਾਏ ਹੋਏ ਆ। ਨਹੀਂ, ਇਹ ਬਾਈ ਹਰੇਕ ਵਾਰੀ ਬਣਾ ਕੇ ਆਪਦੀ ਨਾ। ਅੱਛਾ, ਆਪਦੀ ਬਣਾ ਕੇ ਆਪੇ ਰੱਖ ਲੈਂਦਾ? ਰੱਖਦੇ ਆ। ਇੱਧਰ ਕਿਆ ਰੇਟ ਆ ਤੂੜੀ ਦਾ? ਇੱਧਰ ਭਾਈ ਹੁਣ ਪਤਾ ਨੀਗਾ ਆਪਾਂ ਨੂੰ ਤਾਂ, ਹੁਣ ਜਿੱਦਾਂ ਆਪਾਂ ਕਦੀ ਵੇਚੀ ਨੀ ਗੀ। ਉਹੀ ਰੇਟ ਤਾਂ ਸੇਮ ਆ ਪੰਜਾਬ ਚ ਤੁਸੀਂ ਵੀ ਹੋਣਾ ਉਹੀ, ਯਾਨੀ ਬਸ ਆਹੀ ਫਰਕ ਆ। ਇੱਕ ਮਾਲ ਵਾ ਇੱਕ ਪਾਸੇ ਦਬਾਬਾ ਹੈ ਬਾਈ। ਫੈਕਟਰੀ ਪਤੀਨੇ ਵਾਲੀ ਲੱਗੀ ਹੋਈ ਆ। ਇਹ ਫੈਕਟਰੀ ਲੱਗੀ ਹੋਈ, ਪਤੀਨੇ ਦਾ ਤੇਲ ਕੱਢਦੀ ਹੈ ਇਹ, ਇੱਥੇ ਪਤੀਨੇ ਦਾ ਤੇਲ ਨਿਕਲਦਾ। ਚਲੋ ਠੀਕ ਆ ਵੀਰੇ, ਧੰਨਵਾਦ ਤੁਹਾਡਾ ਬਹੁਤ ਬਹੁਤ, ਜਿਹੜੇ ਤੁਸੀਂ ਸਾਡੀ ਇੰਨੀ ਸੇਵਾ ਕਰੀ। ਹੈਂ, ਮਾਨਤਾ ਨੂੰ ਹੁੰਦਾ ਤਾਂ ਤੁਸੀਂ ਆਏ ਸਾਨੂੰ ਮਿਲਣ? ਨਾ ਨਾ, ਕੋਈ ਗੱਲ ਨਹੀਂ ਯਾਰ, ਪੂਰੀਆਂ ਤੁਹਾਡੇ ਲੱਗ ਗਈਆਂ ਹੁਣ ਤਾਂ। ਅਸੀਂ ਜਿੱਦਾਂ ਸਾਡਾ ਮੀਂਹ ਫੇਰ ਪੈ ਗਿਆ ਸੀ, ਦਿਲ ਨਹੀਂ ਲੱਗੇ, ਮੋਟਰ ਸਾਨੂੰ ਲੱਗ ਗਿਆ ਪਤਾ, ਮੰਜਾ ਪਿਆ ਉੱਥੇ, ਅਸੀਂ ਚੁੱਪ ਕਰਕੇ ਇੱਥੇ ਪੈ ਜਾ ਕਰਨਾ ਤੈਨੂੰ ਬਿਨਾਂ ਦੱਸੇ ਤੁਸੀਂ ਆ ਕੇ। ਖੁਸ਼ਬੂ ਕਿੰਨੀ ਆਉਂਦੀ ਰਾਜੀ, ਹੋਣਾ ਪਤੀਨਾ ਪਿਆ ਬਾਈ, ਦੇਖ ਲੋ ਆ ਲੱਗੇ ਪਤੀਨੇ ਦੀ ਫਸਲ, ਪਤੀਨੇ ਦੀ ਖੇਤੀ ਦੇਖ ਲੋ ਬਾਈ ਕਿਵੇਂ ਖੜਾ ਪਤੀਨਾ, ਬਹੁਤ ਜ਼ਿਆਦਾ। ਇੱਧਰ ਨੂੰ ਫਸਲਾਂ ਦੀ ਖੇਤੀ ਜਾਣੀ ਵਧੀਆ ਕਰਦੇ ਆ ਲੋਕ, ਵੀ ਕਹਿੰਦੀ ਗਾਉਂ ਦੀ ਖੇਤੀ ਕਰ ਰਹੇ, 4-4 ਫਸਲਾਂ ਕੱਢਦੇ ਆ, 3-3 ਇਕੱਠੀਆਂ। ਆਹ ਹੁਣ ਆ ਗਈ ਮੱਕੀ, ਇੱਧਰ ਜੀਰੀ ਦਾ ਕੱਦੂ ਕਰਿਆ ਹੋਇਆ, ਉਹ ਸਾਹਮਣੇ ਚੱਲਦਾ ਜੌਂਡੀਅਰ,